ਲੁਧਿਆਣਾ ਦੇ ਕੁਮਾਰ ਮੰਡੀ ਇਲਾਕੇ 'ਚੋਂ ਇੱਕ ਸ਼ੋਰੂਮ ਦੇ ਬਾਹਰ ਵੈਲੇ ਪਾਰਕਿੰਗ ਦੇ ਕਰਮਚਾਰੀ ਵੱਲੋਂ ਦੁਕਾਨ 'ਚ ਸਮਾਨ ਖਰੀਦਣ ਆਏ ਮੰਡੀ ਅਹਿਮਦਗੜ੍ਹ ਨਿਵਾਸੀ ਦੀ ਫੋਰਚੂਨਰ ਕਾਰ ਨੂੰ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉੱਥੇ ਹੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵੈਲੇ ਕੰਪਨੀ ਦੇ ਮਾਲਕ ਵੱਲੋਂ ਉਸ ਡਰਾਈਵਰ ਦੀ ਪੁਲਿਸ ਵੈਰੀਫਿਕੇਸ਼ਨ ਵੀ ਨਹੀਂ ਕਰਵਾਈ ਗਈ ਸੀ। ਪੁਲਿਸ ਨੇ ਵੱਖ ਵੱਖ ਸ਼ਹਿਰਾਂ, ਟੋਲ ਪਲਾਜ਼ਾ 'ਤੇ ਅਲਰਟ ਘੋਸ਼ਿਤ ਕਰ ਦਿੱਤਾ ਹੈ ਤਾਂ ਕਿ ਆਰੋਪੀ ਨੂੰ ਕਾਬੂ ਕੀਤਾ ਜਾ ਸਕੇ। ਗੱਡੀ ਜੀ ਕੱਲ੍ਹ ਅਸੀਂ ਕਰੀਬ 8:30 ਵਜੇ ਦੇ ਕਰੀਬ ਮੋਮ ਐਂਡ ਮੀ ਸਲੂਜਾ 'ਚ ਸ਼ੋਪਿੰਗ ਕਰਨ ਆਏ। ਉਹਨਾਂ ਦੇ ਵੈਲੇ ਪਾਰਕਿੰਗ ਬਾਹਰ ਲੱਗੀ ਹੋਈ ਸੀ। ਅਸੀਂ ਚਾਬੀ ਪਕੜਾਤੀ ਜੀ ਗੱਡੀ ਪਾਰਕਿੰਗ ਲਈ, JBS ਗਰੁੱਪ ਜੀ, ਔਰ ਅਸੀਂ ਅੰਦਰ ਸ਼ੋਪਿੰਗ ਕਰਨ ਚਲੇ ਗਏ ਜੀ। ਕਰੀਬ 9:30 ਵਜੇ ਦੇ ਕਰੀਬ ਜੀ ਅਸੀਂ ਸ਼ੋਪਿੰਗ ਕਰਕੇ ਜਦੋਂ ਬਾਹਰ ਆਏ, ਅਸੀਂ ਗੱਡੀ ਮੰਗੀ ਜੀ ਟੋਕਨ ਦੇ ਕੇ। ਟੋਕਨ ਉਹਨਾਂ ਨੇ ਲੈ ਲਿਆ। ਅਸੀਂ 10-15 ਮਿੰਟ ਉੱਥੇ ਖੜ੍ਹੇ ਰਹੇ ਜੀ ਬਾਹਰ, ਅਤੇ ਸਾਨੂੰ ਗੱਡੀ ਉਹਨਾਂ ਨੇ ਹੈਂਡਓਵਰ ਨਹੀਂ ਕੀਤੀ। ਬਾਅਦ ਵਿੱਚ ਆ ਕੇ 15-20 ਮਿੰਟ ਤੋਂ ਬਾਅਦ ਜਦੋਂ ਮਾਲਕ ਆਏ ਜੀ ਉਹਨਾਂ ਦੇ, ਅਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਗੱਡੀ ਤੁਹਾਡੀ, ਸਾਡਾ ਮੁੰਡਾ JBS ਗਰੁੱਪ ਵਾਲਾ, ਉਹ ਲੈ ਕੇ ਚਲਿਆ ਗਿਆ ਕਿਸੇ ਕਿਤੇ, ਵੀ ਸਾਨੂੰ ਮੋਬਾਈਲ ਹੈ ਨਹੀਂ ਉਹਦੇ ਕੋਲ, ਅਤੇ ਗੱਡੀ ਦਾ ਸਾਨੂੰ ਹੋਰ ਕੁਛ ਨਹੀਂ ਪਤਾ ਜੀ। ਕੰਪਲੇਂਟ ਉਦੋਂ ਬਾਅਦ ਨਾਲ ਦੀ ਨਾਲ ਕਰਵਾਈ ਜੀ ਪੁਲਿਸ ਵਾਲਿਆਂ ਨੇ ਜੀ। ਉਸ ਤੋਂ ਬਾਅਦ ਆਪਦੀ ਟੋਲ ਪਲਾਜ਼ਾ ਨੂੰ ਅਤੇ PCR ਜਿਹੜੇ ਵੀ ਹੁੰਦੇ ਨੇ ਉਹਨਾਂ ਨੂੰ ਭੇਜਿਆ ਜੀ। ਡਿਪਟੀ ਸਾਹਿਬ ਵੀ ਆਏ ਸੀ ਕੱਲ੍ਹ ਰਾਤ, ਅਤੇ ਉਹ ਆਪਦੀ ਕਾਰਵਾਈ ਕਰ ਰਹੇ ਨੇ ਜੀ। ਬਿਲਕੁਲ ਲੁੱਟ ਖੋਹ ਵਾਲੀ ਗੱਲ ਹੈ ਜੀ। ਹੁਣ ਅਸੀਂ ਤਾਂ ਅਹਿਮਦਗੜ੍ਹ ਤੋਂ ਆ ਕੇ ਦੇਖੋ, ਇੱਥੇ ਸ਼ੋਪਿੰਗ ਕਰਨ ਆਏ, ਸਾਡੇ ਬੱਚੇ ਵੀ ਸੀ ਨਾਲ, ਸਾਡੇ ਲੇਡੀਜ਼ ਵੀ ਸੀ, ਅਤੇ ਉਹ ਖਰਾਬ ਹੋ ਰਹੇ ਨੇ ਜੀ। ਅਸੀਂ ਵੀ ਹੁਣ ਗੱਡੀ ਪਿੱਛੇ ਖੜ੍ਹੇ ਹਾਂ ਜੀ ਇੱਥੇ, ਫੋਰਚੂਨਰ ਜੀ। ਸ਼ੋਰੂਮ ਦਾ ਮਾਲਕ ਵੀ ਮਿਲੇ ਸੀ ਅਤੇ JBS ਗਰੁੱਪ ਦੇ ਮਾਲਕ ਵੀ ਆਏ। ਹੈਂਜੀ, ਮੰਗ ਤਾਂ ਜੀ ਸਾਡੀ ਗੱਡੀ ਸਹੀ ਸਲਾਮਤ ਸਾਨੂੰ ਦਿੱਤੀ ਜਾਵੇ ਜੀ, ਤਾਂ ਕਿ ਅਸੀਂ ਆਪਦਾ ਗੱਡੀ ਲੈ ਕੇ ਘਰ ਜਾ ਸਕੀਏ ਜੀ। ਇਹ JBS ਕੰਪਨੀ ਸੀ, ਇਹਨਾਂ ਨੇ ਠੇਕਾ ਲਿਆ ਸੀਗਾ ਇੱਥੇ ਘੁਮਿਆਰ ਮੰਡੀ ਸ਼ੋਪ ਦਾ, ਮੋਮ ਐਂਡ ਮੀ ਦਾ। ਉੱਥੇ ਕਸਟਮਰ ਕੋਈ ਆਉਂਦੇ ਨੇ 8:30 ਵਜੇ ਦੇ ਕਰੀਬ, ਅਤੇ ਉਹ ਆਪਣੀ ਗੱਡੀ ਪਰਚੀ ਲੈ ਕੇ ਲਾਉਂਦੇ ਆ। ਉਹਨਾਂ ਦਾ ਜਿਹੜਾ ਡਰਾਈਵਰ ਸੀ ਉਹ ਗੱਡੀ ਚਲਾ ਕੇ ਲੈ ਗਿਆ, ਅਤੇ ਉਹਨੂੰ ਲੱਭ ਰਹੇ ਸਾਰੇ ਜੋ ਸਾਡੀ ਐਫਰਟਸ ਹੈਗੀਆਂ ਪੁਲਿਸ ਦੀਆਂ ਅਸੀਂ ਕਰ ਰਹੇ ਹਾਂ, ਅਤੇ ਬਿਆਨ ਲਿਖ ਲਿਆ ਇਹਨਾਂ ਦੀ ਕਾਰਵਾਈ ਕਰ ਰਹੇ ਹਾਂ। ਹਾਂ ਕਰ ਰਹੇ ਜੀ, ਕਰ ਰਹੇ, ਪਰਚਾ ਦਰਜ ਕਰ ਰਹੇ। ਹਾਂ ਨਹੀਂ ਉਹ ਲੱਭ ਰਹੇ, ਹੁਣ ਰਾਤ ਲੇਟ ਸੀ ਨਾ, ਰਾਤ ਕੋਈ ਸ਼ੋਪਸ ਵਗੈਰਾ ਬੰਦ ਸੀਗੀਆਂ, ਹੁਣ ਅਸੀਂ ਦੇਖ ਰਹੇ ਹਾਂ ਕਿੱਧਰ ਨੂੰ ਗਿਆ ਕਿੱਧਰ ਨੂੰ ਨਹੀਂ ਗਿਆ, ਉੱਥੋਂ ਅੱਗੇ ਅੱਗੇ ਸਰਚ ਕਰ। ਬਿਊਰੋ ਰਿਪੋਰਟ, ਲੁਧਿਆਣਾ ਵਿਊ।